ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀਨ ਹੰਗਰੀ ਤੇ ਅੱਜ ਦੀ ਜਿਹੜੀ ਗੱਲਬਾਤ ਆਪਾਂ ਕਰਨੀ ਆ ਰੋਮਾਨੀਆ ਬਲਗਾਰੀਆ ਵਾਲਿਆਂ ਲਈ ਕਰਨੀ ਆ ਰੋਮਾਨੀਆ ਬਲਗਾਰੀਆ ਦੇ ਸੈਨਗਨ ਵਿੱਚ ਆ ਚੁੱਕੇ ਨੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਦੇ ਉੱਥੋਂ ਲੋਕ ਹੁਣ ਅੱਗੇ ਵੀ ਜਾ ਰਹੇ ਨੇ ਤੇ ਉਹਦੇ ਕਰਕੇ ਹੁਣ ਜਿਹੜੀ ਆ ਸਖਤਾਈ 에어ਪੋਰਟਾਂ ਤੇ 에어ਪੋਰਟਾਂ ਤੇ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਆ ਚਾਹੇ ਤੁਸੀਂ ਇੰਡੀਆ ਤੋਂ ਆਉਨੇ ਆ ਪਾਕਿਸਤਾਨ ਤੋਂ ਆਉਨੇ ਜਾਂ ਜਿਹੜੀ ਆਪਣੀ ਕਮਿਊਨਿਟੀ ਦੁਬਈ ਦੇ ਵਿੱਚ ਰਹਿੰਦੀ ਆ ਦੁਬਈ ਵਿੱਚ ਬਹੁਤ ਛੇਤੀ ਵੀਜ਼ਾ ਮਿਲਦਾ ਵਾ ਤੇ ਉੱਥੋਂ ਲੋਕ ਜਿਹੜੇ ਆ ਰਹੇ ਨੇ ਜ਼ਿਆਦਾਤਰ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਵਾ ਤੇ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਸਾਰੇ ਜਾਣੇ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਜਾਇ ਤੁਹਾਡੇ ਰਿਸ਼ਤੇਦਾਰ ਕਿਤੇ ਵੀ ਰਹਿੰਦੇ ਨੇ ਜੇ ਉਹ ਉੱਥੇ ਜਾਣਾ ਚਾਹੁੰਦੇ ਨੇ ਤਾਂ ਜੋ ਕਿਸੇ ਦਾ ਹਲਪ ਹੋ ਸਕੇ ਕਿਸੇ ਦੀ ਹਨਾ ਨਾ ਰਿਪੋਰਟ ਕੀਤਾ ਜਾ ਸਕੇ ਤੇ ਚਲੋ ਸ਼ੁਰੂ ਕਰਦੇ ਆਂ ਵੀਡੀਓ ਤੇ ਹਾਂਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜਾ ਵੀ ਰਮਾਨੀਆ ਬਲਗਾਰੀਆ ਵਿੱਚ ਹੁਣ ਲੋਕ ਬਹੁਤ ਆਉਣਾ ਚਾਹੁੰਦੇ ਨੇ ਕਈਆਂ ਦੇ ਪੁਰਾਣਾ ਅਪਲਾਈ ਕੀਤਾ ਹੋਇਆ ਵਾ ਜਿਨ੍ਹਾਂ ਨੂੰ ਹੁਣ ਆਹ ਮਹੀਨੇ ਵਿੱਚ ਜਾਂ ਅਗਲੇ ਮਹੀਨੇ ਵਿੱਚ ਵੀਜ਼ਾ ਮਿਲਣੇ ਨੇ ਤੇ ਜਿਨ੍ਹਾਂ ਨੂੰ ਹੁਣ ਮਿਲੇ ਸੀਗੇ ਥੋੜੇ ਦਿਨਾਂ ਦੀ ਗੱਲ ਆ 10 ਦਿਨਾਂ ਦੇ ਵਿੱਚ ਵਿੱਚ ਦੀ ਗੱਲ ਜਿਨ੍ਹਾਂ ਕੋਲ ਵੀਜ਼ੇ ਹੈਗੇ ਨੇ ਸ਼ੰਗਨ ਵੀਜ਼ੇ ਨੇ ਰੋਮਾਨੀਆ ਦੇ ਹਨ ਬਲਕਾਰੀਆ ਦੇ ਤੇ ਉਹ ਜਦੋਂ ਆਉਂਦੇ ਨੇ ਉਥੋਂ ਦੁਬਈ ਤੋਂ ਚਾਹੇ ਕਿਤੋਂ ਵੀ 에어ਪੋਰਟ ਤੋਂ ਚੜਦੇ ਨੇ ਉਹ ਉਥੋਂ ਤਾਂ ਚੜਾ ਦਿੱਤਾ ਜਾਂਦਾ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਵੀਜ਼ਾ ਹੁੰਦਾ ਪਰ ਜਦੋਂ ਇੱਧਰ 에어ਪੋਰਟ ਤੇ ਆਉਂਦੇ ਆ ਚਾਹੇ ਬਲਗਾਰੀਆ ਸੋਫੀਆ 에어ਪੋਰਟ ਤੇ ਜਾਂ ਰੋਮਾਨੀਆ ਆਉਂਦੇ ਨੇ ਤੇ ਉਥੇ ਉਹਨਾਂ ਨੂੰ ਰੋਕ ਲਿਆ ਜਾਂਦਾ ਖਾਸ ਕਰ ਪਾਕਿਸਤਾਨ ਵਾਲਿਆਂ ਨੂੰ ਨਾ ਪਾਕਿਸਤਾਨ ਵਾਲਿਆਂ ਨੂੰ ਉਥੇ 에어ਪੋਰਟ ਤੇ ਰੋਕੇ ਇੱਕ ਕਮਰੇਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਵਾ ਇੱਕ ਤੁਸੀਂ ਵੀਡੀਓ ਵੀ ਦੇਖੀ ਹੋ ਮੁੰਡੇ ਦੀ ਕਾਫੀ ਵਾਇਰਲ ਹੋ ਰਹੀ ਆ ਉਹਨੂੰ ਹਨਾ ਉਥੇ ਕਮਰੇ ਦੇ ਵਿੱਚ ਉਹਨੇ ਬੜਾ ਕੇ ਦੱਸਿਆ ਵੀ ਇਦਾਂ ਦਾ ਮੈਨੂੰ ਹਨਾ ਵੀ ਇੱਥੇ ਰੱਖਿਆ ਗਿਆ ਕਮਰੇ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਪਾਕਿਸਤਾਨ ਰਿਪੋਰਟ ਕਰ ਦਿੱਤਾ ਗਿਆ ਤੇ ਹੁਣ ਇਹਦਾ ਕਾਰਨ ਕੀ ਆ ਇੱਕ ਤਾਂ ਕਹਿੰਦੇ ਆ ਵੀ ਓਵਰ ਸਟੇਇੰਗ ਹੋਈ ਹੋਈ ਆ ਨਾ ਵੀ ਤੁਹਾਡੇ ਕੰਟਰੀ ਤੋਂ ਬਹੁਤ ਜ਼ਿਆਦਾ ਲੋਕ ਆ ਰਹੇ ਨੇ ਵੀ ਜਿਆਦਾਤਰ ਲੋਕ ਆੜੇ ਉਥੋਂ ਅੱਗੇ ਨਿਕਲਦੇ ਨੇ ਬਲਗਾਰੀਆ ਤੋਂ ਬਲਗਾਰੀਆ ਨਹੀਂ ਰਹਿੰਦੇ ਚਾਹੇ ਉਹ ਵਰਕ ਪਰਮਿਟ ਤੇ ਆਉਂਦੇ ਨੇ ਜਾਂ ਟੂਰਿਸਟ ਵੀਜ਼ਾ ਤੇ ਆਉਂਦੇ ਨੇ ਵੈਸੇ ਜਿਆਦਾਤਰ ਇਹ ਘਟਨਾ ਜਿਹੜੀ ਟੂਰਿਸਟ ਵੀਜ਼ਾ ਨਾਲ ਹੁੰਦੀ ਆ ਟੂਰਿਸਟ ਵੀਜ਼ਾ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਪਲਾਨ ਨਹੀਂ ਹੁੰਦਾ ਕੋਈ ਲੋਕਾਂ ਕੋਲ ਆਪਣੇ ਦੇਸੀ ਬੰਦੇ ਹੁੰਦੇ ਨੇ ਉਹਨਾਂ ਨੂੰ ਨਹੀਂ ਦੱਸਣਾ ਆਉਂਦਾ ਹਨਾ ਵੀ ਅਸੀਂ ਪਹਿਲਾਂ ਇੱਥੇ ਘੁੰਮਣਾ ਇੱਥੇ ਆ ਜਗ੍ਹਾ ਘੁੰਮਣੀਆਂ ਨੇ ਦੇਸ਼ ਬਾਰੇ ਮਾੜਾ ਮੋਟਾ ਪਤਾ ਹੋਣਾ ਚਾਹੀਦਾ ਵੀ ਸਾਡੇ ਦੇਸ਼ ਵਿੱਚ ਕਿਹੜੀ ਕਿਹੜੀ ਜਗ੍ਹਾ ਵਾ ਤੇ ਉਹ ਜਗ੍ਹਾ ਦੇ ਹਿਸਾਬ ਨਾਲ ਉਹ ਪੁੱਛਦੇ ਨੇ ਲੋਕ ਵੀ ਹਾਂ ਆ ਜਗ੍ਹਾ ਦੇ ਵਿੱਚ ਘੁੰਮਣਾ ਸੀ ਅੱਜ ਇੱਥੇ ਘੁੰਮਣਾ ਵਾ ਤੇ ਇੰਨੇ ਦਿਨ ਇੱਥੇ ਰਵਾਂਗੇ ਆ ਹਾਟਲ 'ਚ ਰਵਾਂਗੇ ਤੇ ਉਹ ਪਲਾਨ ਨਹੀਂ ਦੱਸ ਪਾਉਂਦੇ ਯਾਨੀ ਉਹ ਸਰਟੀਫਾਈ ਨਹੀਂ ਕਰਨ ਪਾਉਂਦੇ ਉਹਨਾਂ ਨੂੰ 에어ਪੋਰਟ ਆਫਿਸਰਾਂ ਨੂੰ ਤੇ ਫਿਰ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਰਿਪੋਰਟ ਕਰ ਦਿੰਦੇ ਨੇ ਤੇ ਇਸ ਲਈ ਜਦੋਂ ਵੀ ਤੁਸੀਂ ਆਉਨੇ ਹੋ ਚਾਹੇ ਰਮਾਨੀਆ ਆਉਨੇ ਬੁਲਗਾਰੀਆ ਇੰਡੀਆ ਤੋਂ ਪਾਕਿਸਤਾਨ ਤੋਂ ਨੇਪਾਲ ਤੋਂ ਕਿੱਥੋਂ ਵੀ ਆਉਨੇ ਹੋ ਤਾਂ ਆਪਣੀ ਫਾਈਲ ਪ੍ਰੋਪਰ ਨਾਲ ਲੈ ਕੇ ਆਓ ਜੇ ਵਰਕ ਪਰਮਿਟ ਤੇ ਆਉਨੇ ਹੋ ਤਾਂ ਆਪਣਾ ਕੰਟਰੈਕਟ ਜਿਹੜਾ ਹੁੰਦਾ ਕੰਟਰੈਕਟ ਪੇਪਰ ਉਹ ਨਾਲ ਰੱਖੋ ਆਪਣੀ ਫਾਈਲ ਦੇ ਵਿੱਚ ਫਾਈਲ ਆੜੀ ਹੈਂਡ ਬੈਗ ਦੇ ਵਿੱਚ ਰੱਖੋ ਸਾਰੇ ਡਾਕੂਮੈਂਟ ਹਨਾ ਵਰਕ ਪਰਮਿਟ ਜੋ ਵੀ ਤੁਹਾਡੇ ਕੋਲ ਹੈਗਾ ਕੰਪਨੀ ਦੀ ਡਿਟੇਲ ਮਾਲਕ ਦਾ ਨੰਬਰ ਆ ਜਿਹੜਾ ਉਹ ਆਪਣੇ ਸੇਵ ਰੱਖੋ ਜਦੋਂ ਤੁਸੀਂ ਇੱਧਰ ਲਈ 에ਰਪੋਰਟ ਤੇ ਆਉਨੇ ਹੋ ਤਾਂ ਉਹਨਾਂ ਨਾਲ ਉਹਨਾਂ ਦੀ ਗੱਲ ਕਰਾਓ ਵੀ ਆ ਦੇਖੋ ਸਾਡੇ ਮਾਲਕ ਨਾਲ ਗੱਲ ਕਰੋ ਏਜੰਟ ਨੂੰ ਇਹ ਸਾਰੀਆਂ ਗੱਲਾਂ ਦੱਸੋ ਹਨਾ ਤੇ ਉਹਨਾਂ ਤੋਂ ਸਾਰੇ ਪੇਪਰ ਲੈ ਕੇ ਨੰਬਰ ਵਗੈਰਾ ਲੈ ਕੇ ਉਹ 에어ਪੋਰਟ ਤੇ ਤੁਹਾਨੂੰ ਲੈਣ ਆਏ ਹੁਣ ਜੇ ਉਹ ਸੱਦਨਤਾ ਜੋ ਸੱਦ ਕੇ ਤੁਹਾਡੇ ਉਹਨਾਂ ਨਾਲ ਗੱਲ ਕਰਾ ਸਕਣ ਉਹ ਤੇ ਇਦਾਂ ਤਣੀ ਤੁਹਾਨੂੰ ਐਂਟਰੀ ਜਿਹੜੀ ਮਿਲ ਸਕਦੀ ਆ ਵੈਸੇ ਤਾਂ ਜਿਹੜੇ ਟੂਰਿਸਟ ਵੀਜ਼ੇ ਵਾਲਿਆਂ ਨੂੰ ਇਹ ਦਿੱਕਤ ਆ ਰਹੀ ਆ ਉਹਨਾਂ ਨੂੰ ਇਹ ਰਿਪੋਰਟ ਕੀਤਾ ਜਾ ਰਿਹਾ ਵਾ ਤੇ ਜੇ ਤੁਸੀਂ ਟੂਰਿਸਟ ਤੇ ਵੀਜ਼ੇ ਤੇ ਵੀ ਆਉਨੇ ਹੋ ਤਾਂ ਆਪਣੀ ਹੋਟਲ ਬੁਕਿੰਗ ਪੂਰੀ ਚੈੱਕ ਕਰਿਆ ਕਰੋ ਹਨਾ ਵੀ ਕਿਹੜੇ ਹੋਟਲ ਵਿੱਚ ਚੱਲੇ ਆਸੀਂ ਆਪਣਾ ਪਲਾਨ ਬਣਾ ਕੇ ਪਹਿਲਾਂ ਉੱਥੋਂ ਆਇਆ ਕਰੋ ਥੋੜੀ ਮੋਟੀ ਜਾਣਕਾਰੀ ਕੱਢ ਲਿਆ ਕਰੋ ਵੀ ਰਾਜਸਥਾਨੀ ਵਿੱਚ ਆ ਜਗ੍ਹਾ ਦੇਖਣ ਵਾਲੀਆਂ ਨੇ ਉਸ ਤੋਂ ਬਾਅਦ ਮੈਂ ਇੰਨੇ ਦਿਨ ਇੱਥੇ ਰੂੰ ਇੰਨੇ ਦਿਨ ਇੱਥੇ ਰੂੰ ਤੁਮਾਨੂੰ ਪਰ ਮੈਂ ਵਾਪਸ ਜਾਊਂਗਾ ਆਪਣੀ ਰਿਟਰਨ ਟਿਕਟ ਦੀ ਜਿਹੜੀ ਡੇਟ ਵਗੈਰਾ ਉਹ ਸਭ ਕੁਝ ਯਾਦ ਰੱਖਿਆ ਕਰੋ ਨਕਲੀ ਟਿਕਟੇ ਜਿਹੜੀ ਬੁੱਕ ਕਰਕੇ ਨਾਂ ਲਾਓ ਹਨਾ ਜਿਹੜੀ ਰਿਟਰਨ ਟਿਕਟ ਹੁੰਦੀ ਹੈ ਡੰਮੀ ਟਿਕਟ ਕਰਕੇ ਨਾਂ ਲਗਾਓ ਤੇ ਉਹ ਯਾਨੀ ਸਾਰਾ ਇਹਨਾਂ ਨੂੰ ਸ਼ੋਅ ਕਰੋ ਕਿਉਂਕਿ ਇਹਨਾਂ ਉੱਤੇ ਵੀ ਬਹੁਤ ਦਬਾਅ ਆ ਬਲਗਾਰੀਆ ਰਮਾਨੀ ਵਾਲੇ ਕਿਉਂਕਿ ਹਜੇ ਇਥੋਂ ਸਿਰਫ ਫਲਾਈਟਾਂ ਸ਼ੁਰੂ ਹੋਈਆਂ ਨੇ ਟ੍ਰੇਨ ਬੱਸਾਂ ਜਾਂ ਹੋਰ ਟੈਕਸੀ ਵਗੈਰਾ ਰਾਹੀਂ ਹਜੇ ਨਹੀਂ ਲੋਕਾਂ ਨੂੰ ਖੁੱਲ ਮਿਲੀ ਆਉਣ ਦੀ ਹਨਾ ਉਹ ਤਾਂ ਨਹੀਂ ਮਿਲੇ ਕਿਉਂਕਿ ਇਧਰੋਂ ਜਰਮਨੀ ਫਰਾਂਸ ਵਾਲਿਆਂ ਨੇ ਸਾਰਿਆਂ ਨੇ ਦਬਾਅ ਬਣਾਇਆ ਹੋਇਆ ਆਸਟਰੀਆ ਵਾਲਿਆਂ ਨੇ ਵੀ ਜੇ ਤੁਹਾਡੇ ਦੇਸ਼ ਵਿੱਚੋਂ ਜ਼ਿਆਦਾ ਲੋਕ ਕੈਨੇਡਾ ਹਨਾ ਦੋ ਨੰਬਰ ਵਿੱਚ ਸਾਡੇ ਦੇਸ਼ ਵਿੱਚ ਰਹਿਣ ਲੱਗੇ ਦਰਵਾਜ਼ੇ ਤਾਂ ਤੁਹਾਡੇ ਜਿਹੜੇ ਬਾਰਡਰ ਨੇ ਉਹ ਨਹੀਂ ਖੋਲੇ ਜਾਣਗੇ ਇਹ ਵੀ ਬੰਦ ਕਰ ਦਿੱਤੀ ਜਾਵੇਗੀ ਹਵਾਈ ਆਵਾਜਾਈ ਵੀ ਇਸ ਲਈ ਇਹਨਾਂ ਨੇ ਹੁਣ 0427 ਰੱਖਣੀਆਂ ਜਿੰਨਾ ਚਿਰ ਜਿਹੜੇ ਸੜਕੀ ਆਵਾਜਾਈ ਨਹੀਂ ਖੁੱਲ ਜਾਂਦੀ ਇਸ ਲਈ ਆਪ ਦਾ ਧਿਆਨ ਹੈ ਏਜੰਟ ਵਧੀਆ ਏਜੰਟ ਕੋਲ ਫਾਈਲ ਲਵਾਓ ਆਪਣਾ ਪ੍ਰੋਪਰ ਡਾਕੂਮੈਂਟ ਸਾਰੇ ਸਹੀ ਹੋਣ ਹਨ ਜਿਹੜੇ ਤੁਹਾਨੂੰ ਇੰਸ਼ੋਰੈਂਸ ਵਗੈਰਾ ਕਰਕੇ ਦਿੰਦੇ ਨੇ ਤੇ ਉਹ ਫਿਰ ਨਾਲ ਰੱਖ ਕੇ ਆਪਣੀ ਫਾਈਲ ਰੱਖ ਕੇ ਫਿਰ ਜਿਹੜੀਆਂ ਐਂਟਰੀ ਲੈ ਲਓ ਇੱਧਰ ਆਓ ਠੀਕ ਹੈ ਜੀ ਇੰਨੀ ਜਾਣਕਾਰੀ ਜਾਨੀ ਸਾਰਿਆਂ ਨਾਲ ਸ਼ੇਅਰ ਕਰਦੇ ਹੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਹਨਾ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਬਾਕੀ ਮੈਨੂੰ ਇੰਸਟਾਗ੍ਰam ਪਰ 999 ਤੇ ਵੀ ਮੈਸੇਜ ਕਰਕੇ ਤੁਸੀਂ ਆਪਣੇ ਸਵਾਲ ਆ ਜਿਹੜੇ ਪੁੱਛ ਸਕਦੇ ਹੋ ਵੀ ਜਨ ਲਈ ਮੈਸੇਜ ਨਾ ਕਰਿਆ ਕਰੋ ਭਰਾ ਬਣ ਕੇ ਵੀਜ਼ਾ ਮੈਂ ਨਹੀਂ ਲਵਾਉਂਦਾ ਹਨਾ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ